ਕੈਨੇਡਾ ਤੋਂ ਪੰਜਾਬੀਆਂ ਲਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਅਲਬਰਟਾ ਦੇ ਐਡਮਿੰਟਨ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ 24 ਸਾਲ ਦੇ ਸੰਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇਸ ਤੋਂ ਪਹਿਲਾਂ ਸਰੀ ਵਿੱਚ ਹਰਪ੍ਰੀਤ ਕੌਰ ਅਤੇ ਮਿਸਿਸਾਗਾਚ ਪਵਨਪ੍ਰੀਤ ਕੌਰ ਦੇ ਕਤਲ ਦੀ ਘਟਨਾ ਵਾਪਰੀ ਸੀ ਸ਼ਾਂਤੀ ਪਸੰਦ ਦੇਸ਼ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨਾਲ ਇਹੋ ਜਿਹੀਆਂ ਘਟਨਾਵਾਂ ਵਾਪਰਨਾ ਵੱਡੇ ਸਵਾਲ ਖੜੇ ਕਰਦੀਆਂ ਨੇ 24 ਸਾਲ ਦੇ ਗੱਭਰੂ ਸੰਰਾਜ ਸਿੰਘ ਨਾਲ ਕਿਵੇਂ ਹੋਈ ਇਹ ਵਾਰਦਾਤ ਔਰ ਜਾਣਦੇ ਹਾਂ ਇਹ ਘਟਨਾ ਐਡਮਿੰਟਨ ਵਿੱਚ 3 ਦਸੰਬਰ ਨੂੰ ਵਾਪਰੀ ਸੀ ਪਰ ਪੁਲਿਸ ਨੇ ਹੁਣ ਮ੍ਰਿਤਕ ਦੀ ਪਛਾਣ ਜਨਤਕ ਕੀਤੀ ਹੈ ਐਡਮਿੰਟਨ ਪੁਲਿਸ ਨੂੰ 3 ਦਸੰਬਰ ਦੀ ਰਾਤ ਲਗਭਗ 8:40 ਮਿੰਟ ਉਤੇ ਐਡਮਿੰਟਨ ਦੀ 51 ਸਟਰੀਟ ਤੇ 13 ਐਵੇਨਿਊ ਵਿਖੇ ਗੋਲੀ ਚੱਲਣ ਸੰਬੰਧੀ ਸੂਚਨਾ ਮਿਲੀ ਸੀ ਜਦੋਂ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਉੱਥੇ ਇੱਕ 24 ਸਾਲ ਦਾ ਨੌਜਵਾਨ ਇੱਕ ਗੱਡੀ ਵਿੱਚ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਨੂੰ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਇਸ ਉੱਤੇ ਪੁਲਿਸ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 24 ਸਾਲ ਦੇ ਸੰਰਾਜ ਸਿੰਘ ਵਜੋਂ ਹੋਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਗੱਡੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗੱਡੀ ਦੀ ਇਸ ਵਾਰਦਾਤ ਵਿੱਚ ਵਰਤੋਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਇਸ ਘਟਨਾ ਸੰਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਜਾਂਚ ਕਰਤਾ ਟੀਮ ਨਾਲ ਜ਼ਰੂਰ ਸੰਪਰਕ ਕਰੇ। ਇਸ ਘਟਨਾ ਮਗਰੋਂ ਕੈਨੇਡਾ ਤੇ ਭਾਰਤ ਸਣੇ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਦੱਸਦੀ ਕਿ ਕੈਨੇਡਾ ਵਿੱਚ ਪੰਜਾਬੀਆਂ ਦੇ ਕਤਲ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਵਧੀਆਂ ਨੇ ਉੱਧਰ ਸੜਕ ਹਾਦਸੇ ਵੀ ਭਾਈਚਾਰੇ ਦੇ ਜਾਨ ਦੇ ਦੁਸ਼ਮਣ ਬਣ ਗਏ ਨੇ ਇਸ ਦੇ ਚੱਲਦਿਆਂ ਬਿੱਤੇ ਕੁਝ ਮਹੀਨਿਆਂ ਵਿੱਚ ਹੀ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਅਤੇ ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਜਿੱਥੇ ਬਿੱਤੀ 3 ਦਸੰਬਰ ਨੂੰ ਮਿਸਿਸਾਗਾ ਦੇ ਗੈਸ ਸਟੇਸ਼ਨ ਉੱਤੇ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰੀਆਂ ਗਈਆਂ ਸੀ ਉਥੇ ਬੀਸੀ ਦੇ ਸਰੀ ਦੀ ਹਰਪ੍ਰੀਤ ਕੌਰ ਦਾ ਉਸਦੇ ਘਰ ਵਿੱਚ ਹੀ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਉਧਰ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ 23 ਸਾਲ ਦੀ ਜਸਵੀਰ ਪਰਮਾਰ ਦੀ ਵੈਨਕੋਰ ਤੋਂ Laash ਬਰਾਮਦ ਹੋਈ RCMP ਪਾਵਰ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ 7 ਦਸੰਬਰ ਦੀ ਰਾਤ ਲਗਭਗ 9:30 ਵਜੇ ਸਰੀ ਦੇ 64th ਐਵੇਨਿਊ ਦੇ 12700 ਬਲਾਕ ਵਿੱਚ ਪੈਂਦੇ ਇੱਕ ਘਰ ਵਿੱਚ ਛੁਰੇਬਾਜ਼ੀ ਦੀ ਰਿਪੋਰਟ ਮਿਲੀ ਸੀ ਜਦੋਂ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਉੱਥੇ ਇੱਕ 40 ਸਾਲ ਦੀ ਮੈਲਾ ਗੰਬੀਰ ਜ਼ਖਮੀ ਹਾਲਤ ਵਿੱਚ ਮਿਲੀ ਜਿਸ ਉੱਤੇ ਛੁਰੇ ਨਾਲ ਹਮਲਾ ਹੋਇਆ ਸੀ ਇਸ ਉੱਤੇ ਉਸ ਨੂੰ ਗੰਬੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਜ਼ਖਮਾਂ ਦੀ ਤਾਬਨਾ ਚਲਦਿਆਂ ਦਮ ਤੋੜ ਦਿੱਤਾ ਮ੍ਰਿਤਕਾ ਦੀ ਪਛਾਣ 40 ਸਾਲ ਦੀ ਹਰਪ੍ਰੀਤ ਕੌਰ ਵਜੋਂ ਹੋਈ ਪੁਲਿਸ ਨੇ ਇਸ ਕਤਲ ਦੇ ਸ਼ੱਕ ਵਿੱਚ ਹਰਪ੍ਰੀਤ ਕੌਰ ਦੇ ਪਤੀ ਨੂੰ ਉਸੇ ਦਿਨ ਗ੍ਰਿਫਤਾਰ ਕੀਤਾ ਸੀ ਪਰ 8 ਦਸੰਬਰ ਨੂੰ ਉਸ ਨੂੰ ਛੱਡ ਦਿੱਤਾ ਗਿਆ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਸਰੀ RCMP ਨਾਲ ਮਿਲ ਕੇ ਇਸ ਕੇਸ ਨੂੰ ਸੁਲਝਾਉਣ ਲਈ ਗੰਭੀਰਤਾ ਨਾਲ ਪਰਤਾਲ ਕਰ ਰਹੀ ਹੈ ਪਿਛਲੇ ਮਹੀਨੇ ਸਰੀਵਿਚਾ ਹਾਈ ਸਕੂਲ ਦੀ ਪਾਰਕਿੰਗ ਵਿੱਚ 18 ਸਾਲ ਦੇ ਪੰਜਾਬੀ ਨੌਜਵਾਨ ਮਹਿਕਪ੍ਰੀਤ ਸੇਠੀ ਦਾ ਚੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜੇਕਰ ਬੀਤੇ ਇੱਕ ਹਫ਼ਤੇ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਨਾਲ ਸਬੰਧਤ ਬੇਹੱਦ ਮੰਦਭਾਗੀ ਘਟਨਾਵਾਂ ਵਾਪਰੀਆਂ ਇਸ ਦੌਰਾਨ ਮੋਂਟਰੀਅਲ ਵਿੱਚ ਗਗਨਦੀਪ ਕੌਰ ਦਾ ਟਰੱਕ ਹੇਠ ਦਰੜੀ ਗਈ ਉਧਰ ਮਿਸਿਸਾਗਾ ਚ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬੈਰੀਚ ਇਸ਼ਨੀਤ ਕੌਰ ਦੀ ਕਾਰ ਵਿੱਚੋਂ Laash mili ਸਰੀ ਚ ਹਰਪ੍ਰੀਤ ਕੌਰ ਦੀ ਹੱਤਿਆ ਅਤੇ ਸਰੀ ਤੋਂ ਬੀਤੇ ਮਹੀਨੇ ਤੋਂ ਲਾਪਤਾ ਜਸਵੀਰ ਕੌਰ ਪਰਮਾਰ ਦੀ ਬੈਂਕੋਰ ਚੋਂ Laash mili ਉਸ ਤੋਂ ਬਾਅਦ ਹੁਣ 24 ਸਾਲ ਦੇ ਸੰਰਾਜ ਸਿੰਘ ਦੇ ਕਤਲ ਦੀ ਖਬਰ ਇਨਾ ਘਟਨਾਮਾ ਨੇ ਪੰਜਾਬੀ ਪਾਈਚਾਰੇ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ ਕੈਨੇਡਾ ਜਿਹੇ ਸ਼ਾਂਤੀ ਪਸੰਦ ਮੁਲਕ ਵਿੱਚ ਪੰਜਾਬੀ ਪਾਈਚਾਰੇ ਨਾਲ ਵਾਪਰ ਰਹੀਆਂ ਇਹ ਵਾਰਦਾਤਾ ਕਈ ਸਵਾਲ ਖੜੇ ਕਰਦੀਆਂ ਨੇ ਪ੍ਰਧਾਨ ਮੰਤਰੀ ਜਸਿਨ ਟੂਡੋ ਦੀ ਅਗਵਾਈ ਵਾਲੀ ਸਰਕਾਰ ਤੇ ਕੈਨੇਡਾ ਪੁਲਿਸ ਨੂੰ ਦੇਸ਼ ਵਿੱਚ ਵਧ ਰਹੀਆਂ ਇਹਨਾਂ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਫੌਰੀ ਕਦਮ ਚੁੱਕਣ ਦੀ ਲੋੜ ਹੈ। ਬਿਊਰੋ ਰਿਪੋਰਟ ਹਮਦਰਤੀ ਵੀ